ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹੋਇਆ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ। ਦੋਸਤੋ, ਕਿਵੇਂ ਹੋਈ 1300 ਲੋਕਾਂ ਦੀ ਮੌਤ? ਅੱਤ ਦੀ ਗਰਮੀ ਦੇ ਵਿੱਚ ਕਿਵੇਂ ਮਰੇ 1300 ਲੋਕ, ਦੱਸਾਂਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ। ਦੋਸਤੋ, ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਗਰਮੀ ਦੇ ਕਹਿਰ ਦੇ ਨਾਲ ਹਰ ਕੋਈ ਬੇਹਾਲ ਹੈ। ਇਸ ਦਾ ਅਸਰ ਜਿੱਥੇ ਰੋਜ਼ਾਨਾ ਦੇ ਕੰਮਾਂ ਉੱਤੇ ਪੈ ਰਿਹਾ, ਉੱਥੇ ਹੱਜ ਦਾ ਫਰਜ਼ ਅਦਾ ਕਰਨ ਸਾਊਦੀ ਅਰਬ ਗਏ ਹਾਜੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ। ਆਏ ਸਾਲ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਤੋਂ ਲੱਖਾਂ ਲੋਕ ਸਾਊਦੀ ਅਰਬ ਹੱਜ ਦੇ ਲਈ ਜਾਂਦੇ ਨੇ। ਸਾਊਦੀ ਅਰਬ ਦੇ ਵਿੱਚ ਅੱਤ ਦੀ ਗਰਮੀ ਅਤੇ ਸਹੂਲਤਾਂ ਦੀ ਘਾਟ ਦੇ ਕਾਰਨ ਸੈਂਕੜੇ ਹਾਜੀਆਂ ਦੀ ਮੌਤ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਸਾਊਦੀ ਪ੍ਰਸ਼ਾਸਨ ਦੇ ਮੁਤਾਬਕ ਹੱਜ ਦੇ ਦੌਰਾਨ 1300 ਤੋਂ ਵੱਧ ਹਾਜੀਆਂ ਦੀ ਜਾਨ ਜਾ ਚੁੱਕੀ ਹੈ। ਸਾਊਦੀ ਪ੍ਰਸ਼ਾਸਨ ਇਸ ਦਾ ਕਾਰਨ ਭਿਆਨਕ ਗਰਮੀ ਅਤੇ ਗੈਰ ਕਾਨੂੰਨੀ ਯਾਤਰਾ ਨੂੰ ਦੱਸਿਆ ਹੈ। ਇਸ ਸਾਲ ਹੱਜ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਤਾਪਮਾਨ 52 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਰਿਹਾ ਹੈ। ਸਾਊਦੀ ਅਰਬ ਦੀ ਸਰਕਾਰੀ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਮਰਨ ਵਾਲੇ ਹਰ 5 ਸ਼ਰਧਾਲੂਆਂ ਦੇ ਵਿੱਚੋਂ 4 ਕੋਲ ਵੈਧ ਪਰਮਿਟ ਨਹੀਂ ਹੈ ਅਤੇ ਉਹ ਭਿਆਨਕ ਗਰਮੀ ਦੇ ਵਿੱਚ ਬਿਨਾਂ ਪਨਾਹ ਦੇ ਚੱਲ ਰਹੇ ਨੇ। ਮਰਨ ਵਾਲਿਆਂ ਦੇ ਵਿੱਚ ਕੁਝ ਬਜ਼ੁਰਗ ਅਤੇ ਬਿਮਾਰ ਵੀ ਸ਼ਾਮਿਲ ਸੀ। ਸਾਊਦੀ ਅਰਬ ਦੇ ਸਿਹਤ ਮੰਤਰੀ ਫਹਿਦ ਅਲ ਜਲਾਜ਼ੇਲ ਨੇ ਕਿਹਾ ਕਿ ਅੱਤ ਦੀ ਗਰਮੀ ਦੇ ਖਤਰਿਆਂ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਯਾਤਰੀਆਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਹਤ ਕੇਂਦਰਾਂ ਦੇ ਵਿੱਚ ਲਗਭਗ 5 ਲੱਖ ਲੋਕਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ 1,40,000 ਲੋਕ ਬਿਨਾਂ ਪਰਮਿਟ ਦੇ ਯਾਤਰਾ ਕਰ ਰਹੇ ਸਨ। ਹੱਜ ਯਾਤਰਾ ਦੇ ਦੌਰਾਨ ਲਗਾਤਾਰ ਹੋ ਰਹੀਆਂ ਮੌਤਾਂ ਅਤੇ ਖਾਸ ਕਰਕੇ ਬਿਨਾਂ ਪਰਮਿਟ ਤੋਂ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਨਾ ਦੇਣ ਦੇ ਕਾਰਨ ਸਾਊਦੀ ਅਰਬ ਦੀ ਆਲੋਚਨਾ ਹੋ ਰਹੀ ਹੈ। ਹੱਜ ਯਾਤਰਾ ਦੇ ਦੌਰਾਨ ਮਰਨ ਵਾਲੇ ਸਭ ਤੋਂ ਵੱਧ ਲੋਕ ਮਿਸਰ ਦੇ ਨੇ। ਇਹ ਗਿਣਤੀ 658 ਹੈ, ਜਦਕਿ ਮਰਨ ਵਾਲਿਆਂ ਦੇ ਵਿੱਚ ਭਾਰਤੀਆਂ ਦੀ ਗਿਣਤੀ ਹੁਣ ਤੱਕ ਕਰੀਬ 100 ਹੈ। ਇਹਨਾਂ ਮੌਤਾਂ ਪਿੱਛੇ ਨਾ ਸਿਰਫ ਗਰਮੀ ਇੱਕ ਵੱਡਾ ਕਾਰਨ ਹੈ, ਇਸ ਦੇ ਨਾਲ ਹੀ ਬਦ ਇੰਤਜ਼ਾਮੀ ਨੂੰ ਵੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦੁਨੀਆ ਭਰ ਤੋਂ ਮੁਸਲਮਾਨ ਹੱਜ ਦੇ ਲਈ ਸਾਊਦੀ ਅਰਬ ਪਹੁੰਚਦੇ ਨੇ, ਪਰ ਇਲਜ਼ਾਮ ਲੱਗਦਾ ਹੈ ਕਿ ਇਸ ਬਦ ਇੰਤਜ਼ਾਮੀ ਦਾ ਸਭ ਤੋਂ ਵੱਡਾ ਸ਼ਿਕਾਰ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਜਾਣ ਵਾਲੇ ਹਾਜੀ ਹੁੰਦੇ ਨੇ। ਇਸ ਗੱਲ ਦੀ ਪੁਸ਼ਟੀ ਇੱਕ ਔਰਤ ਨੇ ਵੀ ਕੀਤੀ ਜੋ ਕਿ ਪਾਕਿਸਤਾਨ ਤੋਂ ਆਪਣੇ ਪਤੀ ਦੇ ਨਾਲ ਹੱਜ ਕਰਨ ਆਈ ਸੀ। ਆਪਣੀ ਪਛਾਣ ਲੁਕਾਉਣ ਦੀ ਸ਼ਰਤ 'ਤੇ ਇਸ ਔਰਤ ਨੇ ਕਈ ਹੈਰਾਨੀਜਨਕ ਗੱਲਾਂ ਦੱਸੀਆਂ। ਉਹਨਾਂ ਦੱਸਿਆ ਕਿ ਸਾਡੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਇੱਕ ਟੈਂਟ ਦੇ ਵਿੱਚ 800 ਲੋਕ ਰੱਖੇ ਹੋਏ ਸਨ ਅਤੇ ਬਹੁਤ ਘੱਟ ਵਾਸ਼ਰੂਮ ਸਨ। ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਨੂੰ ਦਿੱਤੀ ਗਈ ਜਗ੍ਹਾ ਪਹਾੜਾਂ ਦੇ ਵਿੱਚ ਕਾਫ਼ੀ ਅੱਗੇ ਜਾ ਕੇ ਸੀ ਅਤੇ ਉੱਥੇ ਲੋਕ ਦਮ ਘੁੱਟਣ ਦਾ ਸ਼ਿਕਾਰ ਹੋ ਗਏ। ਅਰਾਫਾਤ ਦੇ ਵਿੱਚ ਪਾਕਿਸਤਾਨੀਆਂ ਦੇ ਟੈਂਟ ਸਭ ਤੋਂ ਅਖੀਰ 'ਤੇ ਸਨ। ਅਰਾਫਾਤ ਉਹ ਮੈਦਾਨ ਹੁੰਦਾ ਜਿੱਥੇ ਹੱਜ ਦੇ ਦੌਰਾਨ ਪ੍ਰਾਰਥਨਾ ਕਰਦੇ ਹੋਏ ਇੱਕ ਦਿਨ ਬਿਤਾਇਆ ਜਾਂਦਾ ਹੈ। ਇੱਕ ਹੋਰ ਪਾਕਿਸਤਾਨੀ ਔਰਤ ਨੇ ਦੱਸਿਆ ਕਿ ਉਹਨਾਂ ਨੂੰ 7 ਕਿਲੋਮੀਟਰ ਲੰਬੇ ਰਸਤੇ 'ਤੇ ਚਲਾਇਆ ਗਿਆ ਜਿੱਥੇ ਨਾ ਤਾਂ ਪਾਣੀ ਸੀ ਅਤੇ ਨਾ ਹੀ ਛਾਂ। ਇਸ ਕਾਰਨ ਕਈ ਹੱਜ ਯਾਤਰੀਆਂ ਦੀ ਸਿਹਤ ਵਿਗੜ ਗਈ। ਹੱਜ ਯਾਤਰਾ ਦੌਰਾਨ ਉਹਨਾਂ ਨੂੰ ਕਈ ਦੇਸ਼ਾਂ ਦੇ ਕੈਂਪਾਂ 'ਚੋਂ ਲੰਘਣ ਦਾ ਮੌਕਾ ਮਿਲਿਆ ਅਤੇ ਇੱਥੇ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਦੇ ਕੈਂਪਾਂ ਦੇ ਵਿੱਚ ਸਭ ਤੋਂ ਮਾੜੇ ਹਾਲਾਤ ਦੇਖਣ ਨੂੰ ਮਿਲੇ। ਉਹਨਾਂ ਕਿਹਾ ਕਿ ਇੰਝ ਲੱਗਾ ਜਿਵੇਂ ਤੁਸੀਂ ਸੜੇ ਹੋਏ ਕੂੜੇ ਦੇ ਢੇਰ 'ਤੇ ਬੈਠੇ ਹੋ। ਸਾਊਦੀ ਅਰਬ ਦੇ ਵਿੱਚ ਹਰ ਸਾਲ ਹੱਜ ਯਾਤਰੀ ਅੱਤ ਦੀ ਗਰਮੀ, ਭੀੜ ਦੁਆਰੇ ਕੁਚਲੇ ਜਾਣ, ਬਿਮਾਰ ਹੋ ਜਾਣ ਜਾਂ ਸੜਕ ਹਾਦਸਿਆਂ ਸਮੇਤ ਕਈ ਕਾਰਨਾਂ ਕਰਕੇ ਆਪਣੀ ਜਾਨ ਗੁਆ ਦਿੰਦੇ ਨੇ। ਅਜਿਹੀ ਸਥਿਤੀ ਦੇ ਵਿੱਚ ਸਾਊਦੀ ਅਰਬ ਦੀ ਸਰਕਾਰ ਮਰਨ ਵਾਲਿਆਂ ਦੀ ਪਛਾਣ ਅਤੇ ਉਹਨਾਂ ਦੇ ਦਫਨਾਉਣ ਵਰਗੇ ਹੋਰ ਮਾਮਲਿਆਂ ਦੀ ਜ਼ਿੰਮੇਵਾਰੀ ਲੈਂਦੀ ਹੈ।
ਸਾਊਦੀ ਅਰਬ ਦੇ ਹਜ ਕਾਨੂੰਨ ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਜੇਕਰ ਕੋਈ ਵਿਅਕਤੀ ਹਜ ਕਰਦੇ ਸਮੇਂ ਆਪਣੀ ਜਾਨ ਗੁਆ ਬੈਠਦਾ ਹੈ ਤਾਂ ਉਸਦੀ ਲਾਸ਼ ਨੂੰ ਉਸਦੇ ਦੇਸ਼ ਨਹੀਂ ਭੇਜਿਆ ਜਾਵੇਗਾ, ਸਗੋਂ ਸਾਊਦੀ ਅਰਬ ਦੇ ਵਿੱਚ ਹੀ ਦਫਨਾਇਆ ਜਾਵੇਗਾ। ਹਰ ਹਜ ਯਾਤਰੀ ਆਪਣੇ ਹਜ ਐਪਲੀਕੇਸ਼ਨ ਫਾਰਮ ਦੇ ਵਿੱਚ ਇਹ ਐਲਾਨ ਕਰਦਾ ਹੈ ਕਿ ਜੇਕਰ ਉਸਦੀ ਸਾਊਦੀ ਅਰਬ ਦੀ ਜ਼ਮੀਨ ਜਾਂ ਹਵਾ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸਦੀ ਲਾਸ਼ ਉਸਦੇ ਦੇਸ਼ ਨਹੀਂ ਭੇਜੀ ਜਾਵੇਗੀ, ਸਗੋਂ ਸਾਊਦੀ ਅਰਬ ਦੇ ਵਿੱਚ ਹੀ ਦਫਨਾਇਆ ਜਾਵੇਗਾ। ਜੇਕਰ ਪਰਿਵਾਰ ਦੇ ਕਿਸੇ ਵੀ ਵਿਅਕਤੀ ਵੱਲੋਂ ਇਸ ਸੰਬੰਧੀ ਕੋਈ ਵੀ ਇਤਰਾਜ਼ ਕੀਤਾ ਜਾਂਦਾ ਹੈ ਤਾਂ ਉਸਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਉਮੀਦ ਕਰਦੇ ਹਾਂ ਕਿ ਰਿਪੋਰਟ। ਹੁਣ ਦੋਸਤੋ ਸਵਾਲ ਇਹ ਖੜਾ ਹੁੰਦਾ ਵੀ ਜਿਹੜੇ ਸਾਡੇ ਲੋਕ ਨੇ ਉਹ ਪਤਾ ਨਹੀਂ ਕਦੋਂ ਸੁਧਰਨਗੇ, ਪਤਾ ਨਹੀਂ ਉਹਨਾਂ ਨੂੰ ਅਕਲ ਕਦੋਂ ਆਊਗੀ। ਦੋਸਤੋ ਸਾਊਦੀ ਅਰਬ ਦੇ ਵਿੱਚ ਪੂਰੇ ਦੁਨੀਆਂ ਦੇ ਵਿੱਚੋਂ ਲੋਕ ਹੱਜ ਦੀ ਯਾਤਰਾ ਦੇ ਉੱਤੇ ਗਏ ਹੋਏ ਸੀਗੇ, ਹੱਜ ਕਰਨ ਗਏ ਹੋਏ ਸੀਗੇ ਅਤੇ ਉੱਥੇ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਉੱਥੋਂ ਦਾ ਜਿਹੜਾ ਤਾਪਮਾਨ ਸੀਗਾ 52 ਡਿਗਰੀ ਸੈਲਸੀਅਸ ਦੱਸਿਆ ਜਾਂਦਾ, ਉਹਦੇ ਕਰਕੇ ਉੱਥੇ ਮੌਤਾਂ ਦੀ ਗਿਣਤੀ ਆ ਜਿਹੜੀ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਹੋਈ। ਸਾਊਦੀ ਅਰਬ ਦੇ ਵਿੱਚ ਪਹਿਲੀ ਵਾਰ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ ਨੇ ਹੱਜ ਦੌਰਾਨ। ਦੋਸਤੋ ਤੁਸੀਂ ਸੋਚੋ ਵੀ ਜੇਕਰ ਆਪਾਂ ਵੀ ਇਸੇ ਤਰੀਕੇ ਨਾਲ ਅੱਗਾਂ ਲਾਉਂਦੇ ਰਹੇ ਅਤੇ ਆਪਾਂ ਰੁੱਖਾਂ ਨੂੰ ਸਾੜਦੇ ਰਹੇ ਜਾਂ ਫਿਰ ਪੜਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਆਪਣੇ ਵੀ ਇਸ ਤੋਂ ਜ਼ਿਆਦਾ ਭਿਆਨਕ ਮੌਤਾਂ ਹੋਣਗੀਆਂ। ਤੁਸੀਂ ਅੱਜ ਦੀ ਗੱਲ ਨੂੰ ਨੋਟ ਕਰ ਲਿਓ, ਇਹ ਨਾ ਸੋਚੋ ਵੀ ਪਤਾ ਨਹੀਂ ਹਵਾ ਦੇ ਵਿੱਚ ਗੱਲਾਂ ਨੇ, ਇਹ ਸੱਚਾਈ ਹੈ ਦੋਸਤੋ। ਅੱਜ ਹੀ ਦੋਸਤੋ ਹਰ ਇੱਕ ਇਨਸਾਨ ਨੂੰ ਇੱਕ ਇੱਕ ਰੁੱਖ ਲਗਾਉਣਾ ਚਾਹੀਦਾ ਅਤੇ ਇਹ ਸੁਨੇਹਾ ਹੋਰਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।